ਦੋਸਤੋ ਇਹ ਬੰਦ ਪਿਆ ਸ਼ਹਿਰ ਅਤੇ ਵੱਡੀ ਗਿਣਤੀ 'ਚ ਤੈਨਾਤ ਸੁਰੱਖਿਆ ਕਰਮੀ ਅਤੇ ਧਰਨਾਕਾਰੀਆਂ ਦੀਆਂ ਤਸਵੀਰਾਂ ਨਵਾਂ ਸ਼ਹਿਰ ਦੀਆਂ ਨੇ। ਦਰਅਸਲ ਦਿੱਲੀ ਵਿੱਚੋਂ ਪ੍ਰਾਚੀਨ ਗੁਰੂ ਰਵਿਦਾਸ ਮੰਦਰ ਨੂੰ ਢਾਉਣ ਤੋਂ ਬਾਅਦ ਗੁੱਸੇ 'ਚ ਆਏ ਰਵਿਦਾਸ ਭਾਈਚਾਰੇ ਵੱਲੋਂ ਸੋਮਵਾਰ ਨੂੰ ਚੰਡੀਗੜ੍ਹ ਚੌਂਕ ਵਿੱਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਕਿ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮੀ ਤੈਨਾਤ ਕੀਤੇ ਗਏ ਸਨ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਮੰਦਰ ਨੂੰ ਦੁਬਾਰਾ ਬਣਾਇਆ ਜਾਵੇ ਅਤੇ ਮੰਦਰ ਦੀ ਪੂਰੀ ਜ਼ਮੀਨ ਵਾਪਸ ਕੀਤੀ ਜਾਵੇ। ਇਸ ਦੇ ਰੋਸ ਵਜੋਂ ਅੱਜ ਰਵਿਦਾਸ ਭਾਈਚਾਰੇ ਵੱਲੋਂ ਨਵਾਂ ਸ਼ਹਿਰ ਬੰਦ ਰੱਖਣ ਦੀ ਕਾਲ ਦਿੱਤੀ ਗਈ ਸੀ, ਜਿਸਦਾ ਕਿ ਕਾਫੀ ਪ੍ਰਭਾਵ ਦੇਖਣ ਨੂੰ ਮਿਲਿਆ। ਹਾਲਾਂਕਿ ਧਰਨੇ ਵਾਲੀ ਜਗ੍ਹਾ ਤੋਂ ਦੂਰ ਦੇ ਕੁਝ ਬਾਜ਼ਾਰ ਖੁੱਲ੍ਹੇ ਵੀ ਨਜ਼ਰ ਆਏ। ਸੰਤ ਸਮਾਜ ਦਾ ਜਿਹੜੇ ਉਹਨਾਂ ਦੇ ਸਮਰਥਨ ਦੇ ਵਿੱਚ ਜਿਹੜਾ ਹੈਗਾ ਆ ਉਹਨਾਂ ਦੇ ਨਾਲ ਹੈ ਔਰ ਪੂਰੀ ਸੰਗਤ ਦੇ ਨਾਲ ਹੈ। ਭਾਜੀ ਇਹ ਕਿੰਨਾ ਸਮਾਂ ਜਿਹੜਾ ਇਹ ਲਾਗੂ ਰਹੂਗਾ ਤੁਹਾਡਾ ਜਦੋਂ ਤੱਕ? ਜੋ ਵੀ ਸੰਤ ਸਮਾਜ ਹੁਕਮ ਕਰੇਗਾ, ਜੋ ਵੀ ਸੰਗਤ ਪੰਜਾਬ ਦੀ ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲੀ ਹੁਕਮ ਕਰੇਗੀ, ਬਹੁਜਨ ਸਮਾਜ ਪਾਰਟੀ ਉਹਨਾਂ ਦਾ ਫੈਸਲਾ ਮੰਨੇਗੀ। ਕੱਲ੍ਹ ਦਾ ਵੰਤ ਬਦਲ ਨਹੀਂ ਦੱਸ ਹੁੰਦਾ ਫਿਰ ਕੀ ਹੋਵੇਗਾ? ਬਹੁਜਨ ਸਮਾਜ ਪਾਰਟੀ ਅਗਰ ਕੱਲ੍ਹ ਤੋਂ ਬਾਅਦ ਅਸਰ ਨਹੀਂ ਹੁੰਦਾ, ਪੂਰੇ ਪੰਜਾਬ ਦੇ 13,048 ਪਿੰਡ ਹੈ, ਹਰ ਪਿੰਡ ਦੇ ਵਿੱਚ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਇੱਕ ਕਮੇਟੀ ਕਾਇਮ ਕਰੇਗੀ ਔਰ 2022 ਅਸੀਂ ਜਿਹੜਾ ਸਬਕ ਮੋਦੀ ਨੂੰ ਪੰਜਾਬ ਦੀ ਸੱਤਾ ਵਿੱਚੋਂ ਬਾਹਰ ਕਰਨ ਦਾ ਪ੍ਰੋਗਰਾਮ ਬਣਾਵਾਂਗੇ। ਭਾਵੇਂ ਕਿ ਗੁਰੂ ਰਵਿਦਾਸ ਮੰਦਰ ਨੂੰ ਢਾਉਣ ਲਈ ਅਦਾਲਤ ਵੱਲੋਂ ਬਕਾਇਦਾ ਹੁਕਮ ਜਾਰੀ ਹੋਏ ਸਨ, ਪਰ ਫਿਰ ਵੀ ਇਹਨਾਂ ਲੋਕਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਆਉਣ ਵਾਲੇ ਸਮੇਂ 'ਚ ਕੀ ਰੰਗ ਲਿਆਏਗਾ, ਇਹ ਦੇਖਣ ਵਾਲੀ ਗੱਲ ਹੋਵੇਗੀ। ਨਵਾਂ ਸ਼ਹਿਰ ਤੋਂ ਡੀ ਨਿਊਜ਼ ਲਈ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ।